ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੱਕ ਛੋਟਾ ਜਿਹਾ ਪੈਲਸ ਚਲਾਉਣ ਵਾਲਾ ਤੁਹਾਡੇ ਨਾਲ ਇੱਕ ਅੱਜ ਪਲੈਨ ਸ਼ੇਅਰ ਕਰਨ ਲੱਗਾ ਵੀ ਆਪਾਂ ਜਿਹੜੇ ਵਿਆਹਾਂ ਦੇ ਉੱਤੇ ਵੀ ਜਿਹੜਾ ਹੈਗਾ 200 ਤੋਂ 400 ਬੰਦੇ ਦਾ ਇਕੱਠ ਹੈ ਜਿਹੜਾ ਆਪਾਂ ਕਿਵੇਂ ਕਰ ਸਕਦੇ ਹਾਂ, ਕਿਉਂਕਿ ਆਪਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਵੀ ਫੋਲੋ ਕਰਨਾ, ਕੇਂਦਰ ਸਰਕਾਰ ਦੀਆਂ ਨੂੰ, ਅਤੇ ਨਾਲ ਆਪਾਂ ਆਪਦੇ ਧੰਦੇ ਵੀ ਬਚਾਉਣੇ ਆ। ਸੋ ਜਿਹੜਾ ਮੇਰਾ ਪਲੈਨ ਹੈ ਉਹ, ਜੇ ਤੁਹਾਡਾ 200 ਬੰਦੇ ਦਾ ਇਕੱਠ ਆ, ਪਹਿਲਾਂ ਆਪਾਂ ਉਹ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਇੱਥੇ ਹੈਗਾ ਜੀ, ਮੰਨ ਕੇ ਚੱਲੋ ਮੇਰਾ ਪੈਲਸ, ਇਹ ਮੇਰਾ ਹਾਲ ਹੈ ਮੇਨ, ਠੀਕ ਹੈ ਜੀ। ਇੱਥੇ ਹੈਗਾ ਜੀ ਸਾਡਾ ਐਂਟਰੀ ਗੇਟ। ਆਪਾਂ ਕੀ ਕਰਨਾ ਜੀ, ਆਪਾਂ ਲੈਣੀਆਂ ਨੇ ਚਾਰ, ਆਪਾਂ ਬੱਸਾਂ ਲਵਾਂਗੇ, ਦੋ ਬੱਸਾਂ ਆਪਾਂ ਹਾਲ ਦੇ ਇੱਧਰਲੀ ਸਾਈਡ ਖੜ੍ਹੇ ਕਰ ਦਾਂਗੇ, ਦੋ ਬੱਸਾਂ ਆਪਾਂ ਹਾਲ ਦੇ ਇੱਧਰਲੀ ਸਾਈਡ ਖੜ੍ਹੇ ਕਰ ਦਾਂਗੇ। ਇੱਕ 'ਚ ਤਾਂ ਜੀ ਆਪਣਾ ਹੋ ਜੂਗਾ ਦਾਦਕਾ ਮੇਲ, ਇੱਕ 'ਚ ਹੋ ਜਾਣਗੇ ਜੀ ਜੇ ਮੁੰਡਾ ਲੜਕੀ ਦੇ ਉਹਨਾਂ ਦੇ ਦੋਸਤ ਮੁੰਡੇ ਵਾਲੇ ਪਾਸਿਓਂ ਜਾਂ ਕੁੜੀ ਵਾਲੇ ਪਾਸਿਓਂ। ਇੱਕ ਪਾਸੇ ਹੋ ਜਾਏਗਾ ਜੀ ਨਾਨਕਾ ਮੇਲ, ਅਤੇ ਇੱਕ ਪਾਸੇ ਜੀ ਹੋ ਜੂਗੇ ਦੋਨਾਂ ਦੇ ਪਰਿਵਾਰ। ਸੋ ਕੀ ਹੋ ਗਿਆ ਜੀ, ਦਾਦਕਾ ਮੇਲ ਇੱਕ ਬੱਸ 'ਚ, ਨਾਨਕਾ ਮੇਲ ਇੱਕ ਬੱਸ 'ਚ, ਦੋਸਤ ਲੜਕੇ ਅਤੇ ਲੜਕੀ ਦੇ ਇੱਕ ਬੱਸ 'ਚ, ਅਤੇ ਪਰਿਵਾਰ ਦੋਨਾਂ ਦਾ ਇੱਕ ਬੱਸ 'ਚ। ਹੁਣ ਇਹ ਦੇਖੋ ਜੀ, ਇਹ ਇੱਕ ਦੇ ਵਿੱਚ ਟੋਟਲ ਬਹਿੰਦੇ ਨੇ 52। ਇਹ ਬੱਸਾਂ ਜਿਹੜੀਆਂ ਨੇ ਇਹ ਆਪਾਂ ਲਵਾਂਗੇ, ਜਿਹੜੀਆਂ ਹੁਣ ਵਿਹਲੀਆਂ ਖੜੀਆਂ ਨੇ ਬੱਸਾਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ, ਜਿਨ੍ਹਾਂ ਨੇ ਪਰਮਿਟ ਲਏ ਹੋਏ ਆ, ਠੀਕ ਹੈ ਜੀ। ਇਹਨਾਂ ਬੱਸਾਂ ਦੇ ਅਗਲੇ ਪਾਸੇ ਆਪਾਂ ਜੀ ਖੜ੍ਹੇ ਕਰਾਂਗੇ ਭਲਵਾਨ, ਜਿਨ੍ਹਾਂ ਨੂੰ ਕਿ ਤੁਸੀਂ ਬੁੰਸਰ ਕਹਿ ਦਿੰਦੇ ਹੋ। ਇਹਨਾਂ ਸਾਰੀਆਂ ਬੱਸਾਂ 'ਚ ਆਪਾਂ ਲਾ ਦਾਂਗੇ ਬੰਦੇ। ਹੁਣ ਇਹ ਏਸੀ ਹੋਣਗੀਆਂ ਜੀ ਬੱਸਾਂ, ਇਹ ਸਾਰੀਆਂ ਬੱਸਾਂ ਦੇਖੋ ਜੀ ਏਸੀ ਹੋਣਗੀਆਂ, ਏਸੀ ਬੱਸਾਂ ਹੋਣਗੀਆਂ। ਇੱਧਰ ਹਾਲ ਦੇ ਵਿੱਚ ਜਿਹੜਾ ਸਾਰਾ ਕੁਛ ਲੱਗਿਆ ਹੋਊਗਾ, ਇੱਥੇ DJ ਵਗੈਰਾ ਦਾ ਪ੍ਰਬੰਧ ਅਸੀਂ ਤੁਹਾਡੇ ਲਈ ਦੇਣਾ ਹੈਗਾ ਘਰ। ਹੁਣ ਇੱਥੋਂ ਕੀ ਹੋਊਗਾ ਜੀ, ਅਸੀਂ ਕਿਸੇ ਵੀ ਬੰਦੇ ਨੂੰ, ਤੁਸੀਂ ਉਹਨਾਂ ਨੂੰ ਚਿੱਟਾਂ ਵਗੈਰਾ ਕਾਰਡ ਵਗੈਰਾ ਸਾਡੇ ਮੁਤਾਬਕ 'ਚ ਪਾਉਣੇ ਆ, ਅਤੇ ਅਸੀਂ ਕਿਸੇ ਵੀ ਬੰਦੇ ਨੂੰ ਸਿੱਧਾ ਐਂਟਰ ਨਹੀਂ ਹੋਣ ਦੇਣਾ ਜਿੰਨਾ ਚਿਰ ਉਹ ਦਿਖਾਊਗਾ ਕਿ ਉਹ ਲੜਕੀ ਵਾਲੇ ਪਾਸਿਓਂ ਲੜਕੀ ਦੀ ਸਹੇਲੀ ਹੈ, ਲੜਕੇ ਵਾਲੇ ਪਾਸਿਓਂ ਲੜਕੇ ਦਾ ਦੋਸਤ ਆ। ਉਸ ਹਿਸਾਬ ਨਾਲ ਜਿਹੜੇ ਸਾਡੇ ਇੱਥੇ ਭਲਵਾਨ ਖੜ੍ਹੇ ਹੋਣਗੇ, ਉਹ ਬੰਦਿਆਂ ਨੂੰ ਉਹਨਾਂ ਦੇ ਬੱਸਾਂ ਦੇ ਵਿੱਚ ਪਹੁੰਚਾਈ ਜਾਣਗੇ, ਅਤੇ ਇੱਧਰਲੇ ਪਾਸੋਂ ਜੀ ਫਿਰ ਜਿਹੜੀ ਸਾਡੀ ਸਰਵਿਸ ਹੈ ਉਹ ਅਸੀਂ ਬੱਸਾਂ 'ਚ ਹੀ ਦੀ ਚੱਲਾਂਗੇ, ਠੀਕ ਹੈ। ਕੋਈ ਜਿਹੜਾ ਬ੍ਰੇਕਫਾਸਟ ਹੈ ਉਹ ਇਹਦੇ ਵਿੱਚ ਹੀ ਸਰਵ ਕਰ ਦਿਆਂਗੇ, ਏਸੀ ਬੱਸਾਂ ਹੋਣਗੀਆਂ, ਵਿੱਚ ਬੈਠੇ ਹੋਣਗੇ ਬੰਦੇ। ਲੜਕਾ ਅਤੇ ਲੜਕੀ ਪਰਿਵਾਰ ਜਾਏਗਾ ਆਪਦਾ 10 ਜਾਂ 15 ਬੱਚੇ, ਉਹ ਇੱਥੇ ਬੈਠਣਗੇ ਫਿਰ ਹਾਲ ਦੇ ਵਿੱਚ ਆ ਕੇ, ਇੱਥੇ ਤੁਸੀਂ ਆਪਦਾ ਸ਼ਗਨ ਕਰ ਲਿਓ। ਹੁਣ ਦੇਖੋ ਜੀ, ਹਾਲ ਦੇ ਵਿੱਚ ਆਪਾਂ ਕੋਈ ਬੰਦਾ ਨਹੀਂ ਐਂਟਰ ਹੋਣ ਦਿੱਤਾ, ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਮੁਤਾਬਕ ਆਪਾਂ 52 ਬੰਦੇ ਬੱਸਾਂ 'ਚ ਬਿਠਾ ਲਏ, ਅਤੇ ਟੋਟਲ ਦੇਖ ਲਓ ਜੀ ਤੁਸੀਂ ਕੀ ਹੋ ਗਏ ਨੇ, 2, 4, 6 ਅਤੇ 8, 208 ਬੰਦੇ ਇਹ ਹੋ ਗਏ ਨੇ। ਜੇ ਤੁਸੀਂ ਇਸ ਤੋਂ ਜ਼ਿਆਦਾ ਕਰਨਾ ਚਾਹੁੰਦੇ ਹਾਂ, ਬੱਸਾਂ ਦੀ ਗਿਣਤੀ ਆਪਾਂ ਵਧਾ ਕੇ 4 ਤੋਂ 8 ਕਰ ਲੈਣੀ ਆ, ਇਹ ਹੋ ਗਿਆ ਜੀ ਤੁਹਾਡਾ ਮਸਲਾ ਹੱਲ। ਇਸ ਤੋਂ ਬਾਅਦ ਕੀ ਹੋਊਗਾ ਜੀ, ਇੱਥੇ ਆਪਾਂ ਦਾਰੂ ਵਗੈਰਾ ਜਦੋਂ ਸਰਵ ਕਰਾਂਗੇ, ਠੀਕ ਆ, ਉਦੋਂ ਬੰਦੇ ਦਾ ਨੱਚਣ ਨੂੰ ਜੀ ਕਰਦਾ। ਸੋ ਇਕੱਠ ਹੈਗਾ ਜਿਹੜਾ ਉਹ 20 ਤੋਂ 30 ਬੰਦਿਆਂ ਦਾ। ਫਿਰ ਜਿਹੜੇ ਸਾਡੇ ਭਲਵਾਨ ਹੋਣਗੇ ਉਹ ਗੇਟ ਦੇ ਅੱਗੇ ਖੜ੍ਹੇ ਹੋਣਗੇ, ਉਹ ਸਿਰਫ 20 ਅਤੇ 30 ਬੰਦਿਆਂ ਨੂੰ ਹੀ DJ ਵਾਲੇ ਦੇ ਸਾਹਮਣੇ ਲੈ ਕੇ ਜਾਣਗੇ, ਅਤੇ ਹਰ ਇੱਕ ਗਰੁੱਪ ਨੂੰ 20 ਮਿੰਟ ਦਾ ਜਿਹੜਾ ਸਮਾਂ ਉਹ ਦਿੱਤਾ ਜਾਊਗਾ ਇੱਥੇ ਨੱਚਣ ਵਾਸਤੇ। ਨਾਲੇ ਤਾਂ ਉਹ ਆਪਦਾ ਸ਼ਗਨ ਕਰ ਲੈਣਗੇ, ਅਤੇ ਇੱਥੋਂ 20 ਮਿੰਟ ਦੇ ਅੰਦਰ ਅੰਦਰ ਉਹ ਆਪਦਾ ਨੱਚ ਕੇ ਅਤੇ ਆਪਦਾ ਵਾਪਸ ਫੇਰ ਉਹਨਾਂ ਨੇ ਬੱਸ 'ਚ ਆ ਜਾਣਾ। ਇਸ ਤਰੀਕੇ ਦੇ ਨਾਲ ਹੈਗਾ ਜੀ ਜਿਹੜਾ ਆਪਾਂ ਸਿਸਟਮ ਕਰ ਦੇਣਾ। ਉਸ ਤੋਂ ਬਾਅਦ ਜੀ ਵਾਰੀ ਆਈ ਰੋਟੀ ਦੀ। ਜਿਹੜੀ ਰੋਟੀ ਹੈ ਉਹ ਅਸੀਂ ਤੁਹਾਨੂੰ ਪੈਲਸ 'ਚ ਨਹੀਂ ਸਰਵ ਕਰਾਂਗੇ, ਅਸੀਂ ਟਿਫਨ ਸਿਸਟਮ ਬਣਾ ਲਿਆ, ਠੀਕ ਹੈ ਜੀ। ਤੁਹਾਡੇ ਕਿਉਂਕਿ ਇੱਕ ਤਾਂ ਪੈਲਸਾਂ ਦੇ ਵਿੱਚ ਤੁਸੀਂ ਵੈਸੇ ਵੀ ਦੇਖਿਆ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਹੈ, ਕਿ ਜਦੋਂ ਰੋਟੀ ਵੇਲੇ ਆ ਜਿਹੜਾ ਬਹੁਤਾ ਸਮਾਨ ਤੁਸੀਂ ਦੇਖਦੇ ਹੋ ਕਿਵੇਂ ਸੁੱਟ ਦਿੰਦੇ ਆ, ਅਤੇ ਕਿਉਂਕਿ ਵਿਆਹ ਹੈਗਾ ਜਿਹੜਾ ਆਪਣਾ ਇਸ ਤਰ੍ਹਾਂ ਹੋਊਗਾ, ਅਤੇ ਜਿਹੜਾ ਘਰ ਵੀ ਕਈ ਬੰਦੇ ਹੁੰਦੇ ਆ, ਹੈ ਨਾ, ਕਿਉਂਕਿ 20 ਬੰਦੇ ਤਾਂ ਰੋਟੀ ਖਾਂਦੇ ਨਹੀਂ, ਇਸ ਕਰਕੇ ਅਸੀਂ ਤੁਹਾਡੀ ਬੱਚਤ ਦੀ ਸੋਚ ਰਹੇ ਹਾਂ, ਅਸੀਂ ਸਾਰਿਆਂ ਨੂੰ ਰੋਟੀ ਹੈ ਜਿਹੜੀ ਉਹ ਟੇਕਅਵੇ ਕਰਾਂਗੇ, ਕਿ ਸਾਡੇ ਜਿਹੜੇ ਬੰਦੇ ਬੱਸਾਂ ਦੇ ਵਿੱਚੋਂ ਅੱਗੇ ਹੀ ਅਸੀਂ 52 ਟਿਫਨ ਇੱਥੇ ਅਸੀਂ 52 ਲੱਖ ਦੇਣੇ ਆ, ਜਿਹੜਾ ਜਿਹੜਾ ਉਹਦੇ 'ਚ ਉਤਰ ਕੇ ਜਾ ਰਿਹਾ ਅਸੀਂ ਉਹਨੂੰ ਟਿਫਨ ਦੇ ਕੇ ਘਰ ਤੁਰ ਦਿਆਂਗੇ, ਕਿਉਂਕਿ ਜੇ ਉਹਨੂੰ ਆਪ ਭੁੱਖ ਨਾ ਲੱਗੀ ਹੋਈ, ਕਮ ਸੇ ਕਮ ਜਿਹੜੇ ਉਹਨਾਂ ਦੇ ਘਰ ਬੈਠੇ ਲੋਕ ਨੇ ਉਹ ਤਾਂ ਜਿਹੜੀ ਵਿਆਹ ਦੇ ਵਿੱਚੋਂ ਆਈ ਹੋਈ ਰੋਟੀ ਆ ਉਹਦੇ ਨਾਲ ਆਪਣਾ ਢਿੱਡ ਭਰ ਸਕਣਗੇ। ਸੋ ਇਹ ਹੈਗਾ ਜੀ ਸਾਡਾ ਪਲਾਨ, ਠੀਕ ਹੈ। ਮੈਨੂੰ ਉਮੀਦ ਹੈ ਕਿ ਆਪਾਂ ਇਹਦੇ ਵਿੱਚ ਦੇਖੋ ਕਾਨੂੰਨ ਵੀ ਕੋਈ ਨਹੀਂ ਤੋੜ ਰਹੇ, ਕਾਨੂੰਨ ਕੋਈ ਨਹੀਂ ਤੋੜ ਰਹੇ। ਆਪਾਂ ਇਸ ਪਲਾਨ ਦੇ ਅਕੋਰਡਿੰਗ 208 ਬੰਦਿਆਂ ਦਾ ਇਕੱਠ ਹੈ ਜਿਹੜਾ ਉਹ ਆਪਾਂ ਕਰ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਕਿ ਇਹ ਸਰਵਿਸ ਤੁਹਾਡੇ ਲਈ ਵਧੀਆ ਹੋਊਗੀ ਤਾਂ ਤੁਸੀਂ ਸਾਡੇ ਨੰਬਰਾਂ 'ਤੇ ਸਾਡੇ ਪੈਲਸ 'ਚ ਪਹੁੰਚ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਤੇ
ਸਾਨੂੰ ਉਮੀਦ ਹੈ ਕਿ ਹੋਰ ਬੰਦੇ ਵੀ ਇਸ ਪਲਾਨ ਨੂੰ ਫੋਲੋ ਕਰਨਗੇ, ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਮੰਨਣਗੇ, ਅਤੇ ਇਸ ਤਰੀਕੇ ਦੇ ਨਾਲ ਅਸੀਂ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।